ਅਖਾੜਾ ਭਖਿਆ। ਸਾਰੇ ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣ ਦੇ ਲਈ ਮੈਦਾਨ ਵਿੱਚ ਉਤਰ ਗਏ। ਉੱਥੇ ਹੀ ਪਿੰਡ ਧੌਲਾ ਤੋਂ ਉਮੀਦਵਾਰ ਬੀਬੀ ਰਜਿੰਦਰ ਕੌਰ ਮੈਦਾਨ ਵਿੱਚ ਉਤਰੇ, ਜਿਨ੍ਹਾਂ ਦਾ ਚੋਣ ਨਿਸ਼ਾਨ ਹੈ ਟੈਲੀਵਿਜ਼ਨ, ਜੋ ਕਿ ਬੜੇ ਹੀ ਪੜ੍ਹੇ ਲਿਖੇ ਸੂਝਵਾਨ ਸ਼ਖਸੀਅਤ ਦੇ ਮਾਲਕ ਨੇ। ਉਹਨਾਂ ਵੱਲੋਂ ਸਾਡੀ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਗਿਆ ਕਿ ਮੈਨੂੰ ਸੇਵਾ ਦਾ ਮੌਕਾ ਦਿੱਤਾ ਜਾਵੇ, ਮੈਂ ਪਿੰਡ ਦਾ ਵਿਕਾਸ ਪਹਿਲ ਦੇ ਆਧਾਰ ਤੇ ਕਰਾਵਾਂਗੀ, ਸਭ ਸਹੂਲਤਾਂ ਪਿੰਡ ਵਿੱਚ ਲਾਗੂ ਕਰਾਵਾਂਗੀ। ਮੇਰਾ ਨਾਮ ਸਤਿ ਸ਼੍ਰੀ ਅਕਾਲ ਬਾਈ ਜੀ, ਸਵਰਨਦੀਪ ਸਿੰਘ ਹੈ ਜੀ। ਹਾਂਜੀ, ਹਰਜਿੰਦਰ ਕੌਰ ਜੀ ਇਲੈਕਸ਼ਨ ਲੜ ਰਹੇ ਨੇ, ਇੱਕ ਨਾ ਇੱਕ ਯੂਥ ਦਾ ਅਹਿਮ ਰੋਲ ਹੁੰਦਾ, ਤੁਸੀਂ ਯੂਥ ਵੀ ਹੋ, ਬਹੁਤ ਕੁਝ ਦੇਖਿਆ, ਸੂਝਵਾਨ ਵੀ ਹੋ, ਕੀ ਕਹਿਣਾ ਚਾਹੋਗੇ, ਕੀ ਤੁਸੀਂ ਇਹਨਾਂ ਨੂੰ ਸੋਚ ਕੇ ਇਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ? ਬਾਈ ਜੀ, ਗੱਲ ਐਂ ਦੇਖੋ ਨਾ, ਪੰਜਾਬ ਦੇ ਵਿੱਚ ਰਾਜਨੀਤੀ ਦਾ ਮਾਹੌਲ ਵਧੀਆ ਪਿੰਡਾਂ ਦੀਆਂ ਪੰਚਾਇਤਾਂ 'ਤੇ ਵਧੀਆ ਪਗ ਰਿਹਾ ਵਾ, ਹੈ ਨਾ। ਵੀ ਆਪਾਂ ਨੂੰ ਪਤਾ ਅੱਜ ਦੇ ਸਮੇਂ 'ਚ ਕੀ ਲੋੜਾਂ ਨੇ, ਕੀ ਮੰਗਾਂ ਨੇ, ਹੈ ਨਾ। ਇੱਕ ਤਾਂ ਹੁੰਦੇ ਆ ਲੀਡਰ, ਮੰਨ ਲਓ ਝੂਠੇ ਵਿਕਾਸ ਐਂ ਕਰਤੇ ਜੀ, ਵਾਹ ਕਰਤੇ। ਅਸੀਂ ਜੋੜਾ ਆਪਦੇ ਪਰਿਵਾਰ 'ਚੋਂ ਇਹ ਸਾਡੀ ਭੈਣ ਨੂੰ ਉਤਾਰਿਆ ਮੈਦਾਨ ਦੇ ਵਿੱਚ, ਇਹ ਵਧੀਆ ਕੁਆਲੀਫਿਕੇਸ਼ਨ ਮੈਡਮ ਜੀ ਨੇ, ਇਹਨਾਂ ਨੂੰ ਸੂਝ ਬੂਝ ਆ, ਆਪਦੇ ਪਿੰਡ ਦੇ ਕਾਰਜਾਂ ਦੇ ਵਿੱਚ ਪਹਿਲਾਂ ਤੋਂ ਆਉਂਦੇ ਰਹੇ ਆ, ਅਤੇ ਸਾਨੂੰ ਇਹਨਾਂ 'ਤੇ ਮਾਣ ਹੈ ਵੀ ਬਾਕੀ ਸਾਰੇ ਨਗਰ ਦਾ ਇਸ ਤਰ੍ਹਾਂ 'ਤੇ ਜੀ। ਵੀ ਜੇ ਆਪਾਂ ਮਾਣ ਦੀ ਗੱਲ ਕਰੀਏ ਤਾਂ ਤੁਸੀਂ ਕੀ ਕੀ ਇਹਨਾਂ ਤੋਂ ਤੁਸੀਂ ਉਮੀਦ ਰੱਖਦੇ ਹੋ? ਉਮੀਦਾਂ ਤਾਂ ਬਾਈ ਜੀ ਐਂ ਸਾਰਿਆਂ ਨੂੰ ਵੱਡੀ ਗੱਲ ਆ, ਹੈ ਨਾ। ਅੱਜ ਦੇ ਸਮੇਂ 'ਚ ਜਿਹੜੀ ਯੋਗੀ ਨੌਜਵਾਨੀ ਹੈ, ਵੀ ਉਹਨੂੰ ਆਪਾਂ ਖੇਡ ਪ੍ਰਿਯਤੇ ਦੇ ਨਾਲ ਨਸ਼ੇ ਪੱਤੇ ਤੋਂ ਦੂਰ ਕੋਈ ਆਪਦੀ ਪਹਿਲ ਦੇ ਆਧਾਰ 'ਤੇ ਕਦਮ ਚੁੱਕ ਸਕੀਏ, ਉਹ ਭੈਣ ਜੀ ਦੀ ਵੀ ਸੋਚ ਹੈ ਅਤੇ ਅੱਜ ਦੇ ਨੌਜਵਾਨਾਂ ਦੀ ਵੀ ਸੋਚ ਹੈ। ਇਹਦੇ ਲਈ ਅਹਿਮ ਉਪਰਾਲੇ ਕੀਤੇ ਜਾਣਗੇ, ਹੈ ਨਾ ਬਾਈ ਜੀ, ਜਿਵੇਂ ਸਾਡੇ ਸਟੇਡੀਅਮ ਦਾ ਟੂਰਨਾਮੈਂਟ, ਇਹ ਗੇਮਾਂ ਸੰਬੰਧੀ ਸਾਡੇ ਕੈਂਪ ਲਗਾਏ ਜਾਣਗੇ, ਅਤੇ ਨਸ਼ੇ ਪੱਤੇ ਤੋਂ ਜਾਣੀ ਕਿ ਪਹਿਲਾਂ ਵੀ ਚਲੋ ਸਾਡੇ ਪਿੰਡ ਹੋਰਾਂ ਦੇ ਮੁਤਾਬਕ ਬਹੁਤ ਘੱਟ ਹੈ, ਅਤੇ ਇਹਨਾਂ ਗੱਲਾਂ ਤੋਂ ਪਹਿਲ ਦੇ ਆਧਾਰ 'ਤੇ ਕਦਮ ਚੁੱਕੇ ਜਾਣਗੇ ਜੀ। ਪਿੰਡ 'ਚ ਕਿਸੇ ਪ੍ਰਕਾਰ ਦਾ ਕੋਈ ਨਸ਼ੇ ਪੱਤੇ ਜੋ ਵੀ ਉਹ, ਉਹਨਾਂ 'ਤੇ ਜਾਣੀ ਕਿ ਸਖਤੀ ਦੇ ਨਾਲ ਹੀ ਕਰਨਗੇ। ਹਾਂਜੀ, ਨਾਮ ਜੀ ਆਪਣਾ? ਮੇਰਾ ਨਾਮ ਰਜਿੰਦਰ ਕੌਰ ਹੈ ਜੀ। ਰਜਿੰਦਰ ਕੌਰ, ਤੁਸੀਂ ਸਰਪੰਚੀ ਚੋਣ ਦੇ ਮੈਦਾਨ 'ਚ ਉਤਰੋ, ਪਿੰਡ ਵੱਲੋਂ ਤੁਹਾਡਾ ਵਿਸ਼ਵਾਸ ਆਏਗਾ ਤੁਹਾਡੇ ਉੱਪਰ, ਹਾਂਜੀ, ਕੀ ਕਹਿਣਾ ਚਾਹੋਗੇ? ਮੈਂ ਇਹੀ ਕਹਿਣਾ ਚਾਹੂੰਗੀ ਜੀ, ਮੇਰੇ ਨੇ ਯੋਗ ਸਮਝਿਆ ਜੀ ਸਰਪੰਚੀ ਦੀ ਸਿਲੈਕਸ਼ਨ ਦੇ ਲਈ, ਅਤੇ ਮੈਂ ਮੇਰੀ ਸੋਚ ਹੈ ਵੀ ਇਹਨਾਂ ਦੀਆਂ ਕਾਮਨਾਵਾਂ ਜਿਹੜੀਆਂ ਜੀ, ਜੋ ਵੀ ਇਹਨਾਂ ਦੀਆਂ ਘਾਟਾਂ ਨੇ ਪਿੰਡ ਦੇ ਵਿੱਚ, ਅਤੇ ਉਹਨਾਂ ਨੂੰ ਪੂਰਾ ਉਤਰਨ ਦਾ ਯਤਨ ਕਰੂੰ। ਘਾਟਾਂ ਦੀ ਗੱਲ ਕਰੀਏ, ਕਿਹੜੀ ਕਿਹੜੀ ਘਾਟਾਂ ਵਿੱਚ ਆ ਗਈਆਂ? ਜਿਵੇਂ ਆਪਣੇ ਖੇਡ ਦਾ ਮੈਦਾਨ ਸਟੇਡੀਅਮ ਆ ਗਿਆ ਜੀ, ਉਹਦੇ ਵਿੱਚ ਬਹੁਤ ਸਾਰੀਆਂ ਘਾਟਾਂ, ਆਧੁਨਿਕ ਤਕਨੀਕਾਂ ਦੇ ਅਨੁਸਾਰ ਮੇਰੀ ਵੀ ਇੱਛਾ ਹੈਗੀ ਉਹਨੂੰ ਗਰਾਊਂਡ ਲੈਵਲ ਤੋਂ ਨੀਚੇ ਤੋਂ ਲੈ ਕੇ ਵਧੀਆ ਤਕਨੀਕ ਦੇ ਨਾਲ ਬਣਾਇਆ ਜਾਵੇਗਾ ਜੀ। ਬਾਕੀ ਜਿਵੇਂ ਛੋਟੇ ਬੱਚੇ ਨੇ ਉਤਸ਼ਾਹਿਤ ਕਰਨ ਦੇ ਲਈ ਉਹਨਾਂ ਨੂੰ, ਅਤੇ ਚੰਗੇ ਯੋਗ ਕੋਚ ਦਾ ਪ੍ਰਬੰਧ ਕੀਤਾ ਜਾਵੇਗਾ ਜੀ, ਸਮੇਂ ਸਮੇਂ ਦੇ ਅਨੁਸਾਰ ਉਹਨਾਂ ਬੱਚਿਆਂ ਨੂੰ ਸਨਮਾਨ ਵੀ ਦਿੱਤੇ ਜਾਣਗੇ। ਬਾਕੀ ਆਪਣੇ ਜਿਵੇਂ ਸਾਡੇ PHC ਹੈ ਜੀ, ਅਤੇ ਇਹਨੂੰ ਉੱਚੇ ਲੈਵਲ 'ਤੇ ਲਿਜਾਣ ਦੇ ਲਈ ਅਸੀਂ ਹੌਸਪੀਟਲ ਦੀ ਵੀ ਵਧੀਆ ਸੋਚ ਰੱਖੀ ਆ ਵੀ ਵਧੀਆ ਢੰਗ ਦੇ ਨਾਲ ਉਹਨੂੰ ਉੱਪਰ ਜਿਹਦੇ ਵਿੱਚ ਗਰਭਵਤੀ ਮਾਮਾ ਆ ਜਾਣ, ਨਰਸਿੰਗ ਮਾਮਾ ਆ ਜਾਣ, ਉਹਨਾਂ ਦੀ ਕੇਅਰ ਦੇ ਲਈ ਜੀ, ਅਤੇ ਜਾਂ ਜਿਵੇਂ ਆਪਣੇ ਕੋਈ ਵੀ ਆਪਣਾ ਜਿਹੜਾ ਵੀ ਪੇਸ਼ੈਂਟ ਹੈਗਾ ਉਹਦੀ ਵਧੀਆ ਕੇਅਰ ਹੋ ਸਕੇ। ਹਾਂਜੀ ਹਾਂ, ਜੇ ਆਪਾਂ ਹੈਲਥ ਦੀ ਗੱਲ ਕਰੀਏ, ਹੈਲਥ ਦੀ ਕੀ ਤੁਹਾਡੇ ਪਿੰਡ 'ਚ ਕੀ ਕਮੀ ਪਾਈ ਜਾ ਰਹੀ? ਕਮੀ ਵੀ ਪਿੰਡ ਜ਼ਿਆਦਾ ਵੱਡਾ ਜੀ, ਜ਼ਿਆਦਾ ਵੱਡਾ ਹੋਣ ਕਰਕੇ ਵੀ, ਅਤੇ ਇੱਥੇ ਪੂਰੇ ਸਟਾਫ ਜਿਹੜਾ ਸਟਾਫ ਵੀ ਪੂਰਨ ਰੂਪ ਵਿੱਚ ਅਸੀਂ ਚਾਹੁੰਦੇ ਹਾਂ ਵੀ ਪੂਰਾ ਹੋਵੇ, ਅਤੇ ਜਿਹੜੇ ਬੈੱਡ ਹੈ 25-30 ਬੈੱਡ ਦਾ ਹੋਸਪਿਟਲ ਹੋਣਾ ਚਾਹੀਦਾ ਜੀ। ਜੇ ਆਪਾਂ ਐਜੂਕੇਸ਼ਨ ਦੀ ਗੱਲ ਕਰੀਏ, ਕੋਈ ਲਾਈਬ੍ਰੇਰੀ ਵਗੈਰਾ ਜਾਂ ਹੋਰ ਐਜੂਕੇਸ਼ਨ ਦੀ ਗੱਲ ਕਰੀਏ, ਹਾਂਜੀ, ਉਹਨਾਂ ਪ੍ਰਤੀ ਤੁਹਾਡੀ ਕੀ ਸੋਚ ਰੱਖਦੇ? ਐਜੂਕੇਸ਼ਨ ਦੇ ਮੁਤਾਬਕ ਤਾਂ ਵੀ ਸਾਡਾ ਪਿੰਡ ਹੈ ਜਿਹੜਾ ਸਿਰਫ +2 ਤੱਕ ਹੀ ਹੈ ਜੀ। ਹਾਂਜੀ, ਅਤੇ ਉਹਦੇ ਵਿੱਚ ਹੈ ਵੀ ਆਪਾਂ ਵੱਧ ਤੋਂ ਵੱਧ ਜਿਵੇਂ ਲੜਕੀਆਂ ਆ ਗਈਆਂ ਉਹਨਾਂ ਨੂੰ ਬਿਊਟੀ ਪਾਰਲਰ ਹੋ ਗਏ ਜੀ, ਰੋਜ਼ਗਾਰ ਪੱਧਰ 'ਤੇ ਜੀ, ਅਤੇ ਵਧੀਆ ਸਕੂਲ ਨੇ, ਜਿਵੇਂ ਆਪਣੇ ਇਹਨਾਂ ਵਿੱਚ ਟੀਚਰਾਂ ਦੀ ਘਾਟ ਹੋਈ ਉਹਨੂੰ ਆਪਾਂ ਪੂਰਾ ਕਰਨ ਦਾ ਕੋਸ਼ਿਸ਼ ਕਰਾਂਗੇ ਜੀ, ਅਤੇ ਸਿਖਲਾਈ ਕੈਂਪ ਜਿਵੇਂ ਟ੍ਰੇਨਿੰਗ ਸੈਂਟਰ ਹੋ ਗਏ ਜੀ, ਉਹਦੇ ਵਿੱਚ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ ਮਸ਼ੀਨਾਂ ਦੇ ਕੇ ਜਾਂ ਉਹਨਾਂ ਨੂੰ ਵਧੀਆ ਕੋਚ ਲਿਆ ਕੇ ਜੀ, ਸਿਲਾਈ ਦੇ, ਬਿਊਟੀ ਦੇ, ਅਤੇ ਉਹਨਾਂ ਨੂੰ ਪੈਰਾਂ ਸਿਰ ਖੜ੍ਹਾ ਕਰਨ ਦਾ ਵੀ ਯਤਨ ਕਰਾਂਗੇ ਜੀ। ਹਾਂਜੀ, ਨਾਮ ਜੀ ਆਪਣਾ? ਅਮਰ ਸਿੰਘ ਜੀ। ਰਜਿੰਦਰ ਕੌਰ ਜੀ, ਇਲੈਕਸ਼ਨ ਲੜ ਰਹੇ ਨੇ ਤੁਹਾਡੇ ਪਿੰਡ ਵਿੱਚ ਜੀ, ਬਾਕੀ ਇਲੈਕਸ਼ਨ ਲੜਨੇ ਬਸ ਅਸੀਂ ਸੂਝ ਬੂਝ ਨਾਲ ਖੜੀ ਕਰੀਏ ਜੀ, ਬਾਕੀ MBD ਇਹਨਾਂ ਦੇ ਕਰੀਬ ਹੀ ਹੈ, ਆਂਗਨ ਵਰਕਰ ਨੇ, ਬਾਕੀ ਪਿੰਡ ਦੀ ਸਹਿਮਤੀ ਨਾਲ, ਜਿਹੜੀ ਸਾਡੇ ਨਗਰ ਦੀ ਸਹਿਮਤੀ ਹੈ ਵੀ ਪੜ੍ਹੇ ਲਿਖੇ ਕਰਕੇ ਪਿੰਡ ਦਾ ਵਿਕਾਸ ਕਰਨਗੇ, ਇਸ ਕਰਕੇ ਸਾਰੇ ਪਿੰਡ ਦੀ ਸਹਿਮਤੀ ਕਰਕੇ ਇੱਧਰ ਥੋੜ੍ਹਾ ਚੀਜ਼ਾਂ ਵੱਧ ਹੋ ਰਿਹਾ ਜੀ। ਹਾਂਜੀ, ਵਿਕਾਸ ਦੀ ਗੱਲ ਕਰੀਏ, ਕਿਹੜੇ ਕਿਹੜੇ ਵਿਕਾਸ ਦੇ ਮੁੱਦੇ ਨੇ? ਵਿਕਾਸ ਦੇ ਮੁੱਦੇ ਕਈ ਨੇ ਵੀ, ਜਿਵੇਂ ਆਪਣੇ ਹਸਪੀਟਲ ਬਣਾਉਣਾ ਜੀ, ਕੋਈ ਪਾਣੀ ਦਾ ਵਿਕਾਸ, ਜਿਵੇਂ ਕੋਈ ਪਿੰਡ ਦੇ ਵਿੱਚ 5-7 ਹਸਪਤਾਲ ਦਾ ਬਣ ਜੇ ਕੋਈ ਜੁਗਾੜ,
ਅਤੇ ਹੋਰ ਕਈ ਐਮਰਜੈਂਸੀ ਆਪਣਾ ਐਂਬੂਲੈਂਸ ਆ ਜਾਏ ਪਿੰਡ ਦੇ ਵਿੱਚ, ਸਾਡੀਆਂ ਇਹ ਮੰਗਾਂ ਨਹੀਂ ਇਹਦੇ ਬਾਰੇ ਜੀ। ਬਾਕੀ ਪੜ੍ਹੇ ਲਿਖੇ ਨੇ ਬੰਦੇ ਸਾਰੇ ਸਹੂਲਤਾਂ ਪੂਰੀਆਂ ਕਰਨਗੇ ਜੀ। ਹਾਂਜੀ, ਪਿਛਲੇ ਵੀ ਪੰਚਾਇਤਾਂ ਰਹੀਆਂ ਨੇ, ਪਿਛਲੇ ਵੀ ਸਰਪੰਚ ਬਣੇ ਨੇ, ਕਿਹੜੇ ਕਿਹੜੇ ਵਿਕਾਸ ਉਹਨਾਂ ਵੱਲੋਂ ਹਾਲੇ ਤੱਕ ਅਧੂਰੇ ਨੇ ਜਿਹੜੇ ਤੁਸੀਂ ਇਹਨਾਂ ਤੋਂ ਉਮੀਦ ਰੱਖਦੇ ਹੋ? ਬਾਕੀ ਜਿਵੇਂ ਕੋਈ ਪਿੰਡ ਦੇ ਵਿੱਚ ਐਂਬੂਲੈਂਸ ਹੋ ਗਈ ਜੀ, ਆਪਣੇ ਹਸਪਤਾਲ ਦੇ ਵਿੱਚ ਉਹ ਇਹੀ ਸਹੂਲਤ ਹੋਵੇ, ਹੋਰ ਕਈ ਆਰ ਓ ਵਗੈਰਾ ਜਿਹੜੇ ਸਾਡੇ ਪਿੰਡ ਦੇ ਵਿਕਾਸ ਰਹਿੰਦੇ ਨੇ ਉਹ ਅਸੀਂ ਇਹਨਾਂ ਤੋਂ ਪੂਰੇ ਕਰਾਵਾਂਗੇ ਜੀ।